ਡੈਡੀ ਦੀ ਅਸਲਾ ਖੁੰਦਾ ਸੀ ਅਸੀਂ ਕਿਹਾ ਵੀ ਅਸੀਂ ਆਪਦਾ ਨਿਕਲ ਜਗੇ ਵੀ ਜੇ ਇਹਨੇ ਅਸਲਾ ਖੋਲਿਆ ਤੇ ਸਾਨੂੰ ਮਾਰ ਦੂਗਾ ਅਸੀਂ ਤਾਂ ਦੋਨੇ ਭੈਣਾਂ ਬਾਹਰ ਚਲ ਗਈਆਂ ਭੱਜ ਗਈਆਂ ਤੇ ਡੈਡੀ ਨੂੰ ਉਹਨੇ ਫੜ ਲਿਆ ਉਹਨੇ ਡੈਡੀ ਨੂੰ ਰਾੜਾ ਨਾਲ ਬਹੁਤ ਕੁੱਟਿਆ ਵੱਡੀ ਖਬਰ ਮੋਗਾ ਦੇ ਪਿੰਡ ਖੋਸਾ ਪਾਂਡੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਾਮਲੇ ਜਿਹੇ ਵਿਵਾਦ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਗਈ ਪੁਲਿਸ ਪਾਰਟੀ ਦੇ ਨਾਲ ਗਾਲੀ ਗਲੋਚ ਹੋਣ ਦੇ ਬਾਅਦ ਮਾਮਲਾ ਕਾਫੀ ਗਰਮਾ ਗਿਆ ਤੇ ਆਰੋਪੀ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਇਸ ਘਟਨਾ ਦੌਰਾਨ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਤੇ ਸੀਆਈਏ ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਤੇ ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਆਰੋਪੀ ਆਪਣੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆਰੋਪੀ ਦੀ ਭੈਣ ਨੇ ਦੱਸਿਆ ਕਿ ਉਸਦਾ ਭਰਾ ਹਮੇਸ਼ਾ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਜੀ ਕੱਲ 3 ਵਜੇ ਸਾਡੇ ਗੱਲ ਪਿਆ ਸੀਗਾ ਡੈਡੀ ਜੀ ਤੋਂ ਅਸਲਾ ਖੁੰਦਾ ਸੀਗਾ ਵੀ ਅਸਲਾ ਦੇ ਕੇ ਜਾ ਮੈਨੂੰ ਅਸਲਾ ਚਾਹੀਦਾ ਤੇਰਾ ਉਹਦਾ ਜਿਹੜਾ ਅਸਿਆ ਅਸਲਾ ਹੈ ਉਹ ਫਿਰ ਬਾਬੇ ਫਰੀਦ ਵਾਲਿਆਂ ਦੇ ਜਮ੍ਹਾਂ ਕਰਾਇਆ ਹੋਇਆ ਮੋਗੇ ਅਤੇ ਡੈਡੀ ਦੀ ਅਸਲਾ ਖੁੰਦਾ ਸੀ ਅਸੀਂ ਕਿਹਾ ਵੀ ਅਸੀਂ ਆਪਦਾ ਨਿਕਲ ਜਗੇ ਵੀ ਜੇ ਇਹਨੇ ਅਸਲਾ ਖੋਲਿਆ ਤਾਂ ਸਾਨੂੰ ਮਾਰ ਦੂਗਾ ਅਸੀਂ ਤਾਂ ਦੋਨੇ ਭੈਣਾਂ ਬਾਹਰ ਚਲੀਆਂ ਗਈਆਂ ਭੱਜ ਗਈਆਂ ਅਤੇ ਡੈਡੀ ਨੂੰ ਉਹਨੇ ਫੜ ਲਿਆ ਉਹਨੇ ਡੈਡੀ ਨੂੰ ਰਾੜਾ ਨਾਲ ਬਹੁਤ ਕੁੱਟਿਆ ਅਸਲਾ ਕਿਉਂ ਮੰਗਦਾ ਸੀਗਾ ਜੀ ਪਤਾ ਨਹੀਂ ਸਾਨੂੰ ਕਹਿੰਦਾ ਸੀ ਮੈਨੂੰ ਅਸਲਾ ਚਾਹੀਦਾ ਅਸਲਾ ਦੇ ਕੇ ਦਿਓ ਆਪਦਾ ਦਿਓ ਕੋਈ ਚਾਚਿਆਂ ਨਾਲ ਵੀ ਰੌਲਾ ਸੀ ਨਹੀਂ ਜੀ ਸਾਡਾ ਕੋਈ ਰੌਲਾ ਨਹੀਂ ਸੀਗਾ ਜੀ ਉਹਨਾਂ ਨਾਲ ਬਹੁਤ ਬੁਰਾ ਹਾਲ ਆ ਘਰ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਦਾ ਸੀ ਨਾ ਰਾਤ ਨੂੰ ਬਹਿਣ ਦਿੰਦਾ ਨਾ ਦਿਨੇ ਬਹਿਣ ਦਿੰਦਾ ਬਸ 24 ਘੰਟੇ ਗਾਂਧੀ ਵੜਦਾ ਰਹਿੰਦਾ ਨਹੀਂ ਜੀ ਸਾਨੂੰ ਨਹੀਂ ਪਤਾ ਵੀ ਐਵੇਂ ਅਸੀਂ ਕਹਿ ਦਈਏ ਕਰਦਾ ਸਾਡੇ ਸਾਹਮਣੇ ਕਦੇ ਨਹੀਂ ਕੀਤਾ ਉਹਨੇ ਤੇ ਰਾਤੀ ਤੁਹਾਨੂੰ ਪਤਾ ਲੱਗਿਆ ਵੀ ਕਿਵੇਂ ਭੱਜਿਆ ਕੀ ਨਹੀਂ ਜੀ ਅਸੀਂ ਹੈ ਹੀ ਨਹੀਂ ਸੀ ਅਸੀਂ ਤਾਂ ਸੁਬਾਹ ਆਏ ਜੀ ਅਸੀਂ ਤਾਂ ਫਿਰ ਜਦੋਂ ਇਹਨੇ ਰਫਲ ਖੋਲੀ ਸੀ ਡੈਡੀ ਜੀ ਉਹਨਾਂ ਤੋਂ ਅਸੀਂ ਸਕੂਟਰ ਲੈ ਕੇ ਇੱਥੋਂ ਚਲੇ ਗਏ ਸੀ ਭੂਆ ਜੀ ਕੋਲ ਪੱਤੋਂ ਮੁਲਾਜ਼ਮਾਂ ਨੂੰ ਪਤਾ ਹੀ ਉਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੈ ਵੀ ਕੀ ਗੱਲ ਹੋਈ ਹੈ ਕੀ ਬਾਤ ਸਾਨੂੰ ਕੁਛ ਨਹੀਂ ਪਤਾ ਸਾਨੂੰ ਸੁਬਾਹ ਫੋਨ ਗਿਆ ਸੀ ਵੀ ਇਹਨਾਂ ਨੂੰ ਘਰੇ ਲੈ ਕੇ ਆਓ ਜ਼ਰੂਰੀ ਹੈ ਤੁਹਾਨੂੰ ਆ ਕੇ ਇੱਥੇ ਕੁਛ ਪਤਾ ਲੱਗਿਆ ਵੀ ਕੀ ਹੋਇਆ ਉਦੋਂ ਬਾਅਦ ਘਟਨਾ ਜੀ ਵਾਪਰੀ ਤੁਹਾਨੂੰ ਦੱਸਿਆ ਕੁਝ ਪੁਲਿਸ ਵਾਲੇ ਨੇ ਪੁੱਛਿਆ ਪੁਲਿਸ ਵਾਲੇ ਨੇ ਤਾਂ ਸਾਨੂੰ ਇਹਨਾਂ ਦੱਸਿਆ ਕਿ ਉਹ ਸਾਡੇ ਗੱਲ ਪੈ ਗਿਆ ਸੀਗਾ ਤੇ ਵੀ ਉਹਨੇ ਵੀ ਫੈਲ ਕੀਤੇ ਤੇ ਅਸੀਂ ਵੀ ਕੀਤੇ ਦੂਗਾ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਤੁਹਾਡੇ ਮਾਤਾ ਜੀ ਨੂੰ ਨਾਲ ਹੀ ਲੈ ਗਏ ਜੀ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਗਿਆ ਉਹ ਜਾਂਦੇ ਨਹੀਂ ਸੀ ਉਹਨੂੰ ਜ਼ਬਰਦਸਤੀ ਬਾਹਰ ਖਿਲ ਗਿਆ ਗੱਡੀ ਇਹ ਵੀ ਮੁਲਾਜ਼ਮ ਦੱਸਦੇ ਸਾਨੂੰ ਨਹੀਂ ਪਤਾ ਵੀ ਕਿਵੇਂ ਲੈ ਕੇ ਗਿਆ ਮਾਤਾ ਨੂੰ ਨਾਲ ਲੈ ਗਿਆ ਮਾਤਾ ਇਕੱਲੀ ਘਰੇ ਸੀ ਰਾਤ ਹੁਣ ਪਤਾ ਲੱਗਿਆ ਮਾਤਾ ਕਿੱਥੇ ਉਸ ਤੋਂ ਪੁਲਿਸ ਮੁਲਾਜ਼ਮਾਂ ਨੂੰ ਪਤਾ ਸਾਨੂੰ ਤਾਂ ਅਜੇ ਕੁਛ ਨਹੀਂ ਪਤਾ ਉੱਥੇ ਆਰੋਪੀ ਦਾ ਕਹਿਣਾ ਕਿ ਉਹ ਬੇਕਸੂਰ ਹੈ ਤੇ ਪੁਲਿਸ ਨੇ ਉਸ ਉੱਪਰ ਹਮਲਾ ਕੀਤਾ ਪੁਲਿਸ ਸਰ ਸੌ ਕਹਿਣਾ ਹੈ ਲਾਈਟ ਦੀ ਆਕਸੀਜਨ ਦੀ ਸੌ ਕਹਿਣਾ ਸਾਹ ਦੀ ਕੋਈ ਕਸੂਰ ਨਹੀਂ ਸੀ ਮੇਰਾ ਕੋਈ ਵੀ ਨਹੀਂ ਕਸੂਰ ਸੀ ਕੋਈ ਵੀ ਪਾਠ ਕਰੀ ਜਾਂਦਾ ਆ ਕੇ ਰੋਹ ਮਾਰਨ ਲੱਗ ਗਏ ਸਾਰੇ ਬਾਹਰ ਨਿਕਲੋ ਇੱਟਾਂ ਰੋੜੇ ਨਾਲ ਸਾਰੇ ਘਰ ਭਰਨ ਤੋਂ ਤੁਸੀਂ ਗੋਲੀਆਂ ਕਿਉਂ ਚਲਾਈਆਂ ਵੀਰੇ ਘਰ ਹੀ ਢਾਤਾ ਕੀ ਕਰਦਾ ਹੁਣ ਤੇਰੇ ਕੋਈ ਗਲ ਘੁੱਟੂ ਕੀ ਕਰੇ ਹੱਥ ਪਲਾ ਮਾਰੇ ਭੈਣੇ ਕਿਹੜੀਆਂ ਕਿਹੜੀਆਂ ਕਿਹੜਾ ਵੈਪਨ ਸੀਗਾ ਤੁਹਾਡੇ ਕੋਲ ਅਸਲਾ ਕਿਹੜਾ ਸੀਗਾ ਕੈਰੀ ਨਾਲ ਜੀ ਦੂਜੀ ਇਹ ਪਤਾ ਨਹੀਂ ਅੰਗਰੇਜ਼ ਜੀ ਕਹਿੰਦੇ ਕੈਰੀ ਨਾਲ 12 ਬੋਰ ਜਮ੍ਹਾਂ ਕਰਾਇਆ ਇਹਨਾਂ ਨੇ ਲਾਇਸੈਂਸ ਕੈਂਸਲ ਕੀਤਾ ਹੋਇਆ ਕਿੰਨੀਆਂ ਗੋਲੀਆਂ ਚਲਾਈਆਂ ਮੇਰੇ ਪਤਾ ਨਹੀਂ ਗੇ 20 ਚੱਲੀਆਂ ਕਿ 15 ਚੱਲੀਆਂ ਕਿ 10 ਚੱਲੀਆਂ ਉਹ ਚਲਾਈ ਗਏ ਆਪਾਂ ਚਲਾਈ ਗਏ ਰਾਤ ਨੂੰ ਆਏ 9 ਵਜੇ ਰਾਤ ਨੂੰ 9:30 ਵਜੇ ਆਏ ਤੁਸੀਂ ਕਿਵੇਂ ਜ਼ਖਮੀ ਹੋਏ ਹੋ ਆਪਾਂ ਸੱਚ ਦੱਸਾਂਗੇ ਮੈਨੂੰ ਬੇਸ਼ੱਕ ਮਾਰ ਦਿਓ ਮੇਰੇ ਸਾਥ ਦਿਓ ਕਿੱਦਾਂ ਇਹ ਪੰਜਾਬ ਪੁਲਿਸ ਵਾਲਿਆਂ ਨੇ ਚਲਾਈਆਂ ਜੀ ਪਹਿਲਾਂ ਗੋਲੀਆਂ ਨਾਲ ਧੱਕੇ ਨਾਲ ਬਾਹਰ ਇਹਨਾਂ ਨੇ ਬਣਾਇਆ ਸੀ ਨਾਲ ਪਿੰਡ ਦੇ ਸੀ ਪਰ ਇਹ ਇਹਨਾਂ ਨੂੰ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਮੇਰਾ ਗੁੱਸਾ ਕੱਢਿਆ ਕੋਈ ਆਪਣਾ ਇਹਨਾਂ ਨਾਲ ਰੌਲਾ ਨਹੀਂ ਸੀ ਤੁਹਾਡਾ ਬਲਦੇਵ ਚਾਚੇ ਨਾਲ ਕੀ ਰੌਲਾ ਸੀਗਾ ਕੋਈ ਉਹਨਾਂ ਨੇ ਕੋਈ ਰੌਲਾ ਨਹੀਂ ਅਤੇ ਤੁਹਾਡੇ ਫਾਦਰ ਨੂੰ ਵੀ ਕੁੱਟਿਆ ਸੀ ਤੁਸੀਂ ਉਹਨਾਂ ਨੂੰ ਵੀ ਰੋਡ ਰੋਲ ਉਹਦਾ ਘਰੇ ਲੜਾਈ ਗਾਲ ਤੋਂ ਉੱਪਰ ਥੋੜ੍ਹਾ ਬਹੁਤਾ ਕੰਮ ਪਛੇ ਹੋਏ ਉਹਨੂੰ ਨਹੀਂ ਕੁੱਟਿਆ
ਨਿਕਲੇ ਕਿਵੇਂ ਜਦੋਂ ਇੰਨੀ ਫੋਰਸ ਲੱਗੀ ਹੋਈ ਸੀ? ਫਿਰ ਭਜਾ ਕੇ ਨੰਗੇ ਨਹੀਂ ਗਏ ਉੱਥੋਂ। ਮੈਨੂੰ ਪਤਾ ਹੀ ਨਹੀਂ ਗੱਲ ਕੀ ਹੋਈ, ਕਿਉਂ ਇੰਨੀ ਫੋਰਸ ਲੱਗ ਗਈ ਆ ਕੇ। ਪਲੀਜ਼ ਵੀਰੇ ਮੇਰਾ ਸਾਥ ਦਿਓ, ਛੱਡਿਓ ਨਾ ਸਾਰਾ, ਬੇਸ਼ੱਕ ਸਾਰਾ ਸ਼ਹਿਰ ਘਰੋਂ ਭੱਜੇ ਸੀ। ਤੁਹਾਨੂੰ ਗੋਲੀਆਂ ਉਦੋਂ ਲੱਗੀ ਸੀ ਪਹਿਲਾਂ ਲੱਗੀਆਂ ਵੀਰੇ ਗੋਲੀਆਂ, ਉਵੇਂ ਢਾਈ ਦਾ ਢਾਈ ਗੱਡੀ 'ਚ ਭੱਜਿਆ। ਇਹਨਾਂ ਦੀਆਂ ਮਿੰਨਤਾਂ ਕੀਤੀਆਂ ਤੁਸੀਂ ਸੁਬਾਹ ਕਰ ਲਓ, ਇਹ ਕਹਿੰਦੇ ਥੱਲੇ ਉੱਤਰ ਸਾਡੇ ਕੋਲ। ਕੀ ਕਰਨ ਦੀ ਪੁਲਿਸ ਆਈ ਸੀ? ਪਤਾ ਹੀ ਨਹੀਂ ਵੀਰ ਜੀ, ਪੁੱਛ ਲਓ ਕਸਮ ਰੱਬ ਦੀ, ਮੇਰਾ ਕੋਈ ਰੌਲਾ ਹੀ ਨਹੀਂ ਪੁਲਿਸ ਨਾਲ। ਤੁਹਾਡੇ ਚਾਚਾ ਬਲਦੇਵ ਦਾ ਕਹਿਣਾ ਕਿ ਤੁਸੀਂ ਟੂੜੀ ਵਾਲੇ ਕੋਠੇ ਨੂੰ ਅੱਗ ਲਾਈ ਸੀਗੀ, ਅਤੇ ਉਹਦੀ ਸ਼ਿਕਾਇਤ ਦਿੱਤੀ ਸੀ ਉਹਨਾਂ ਨੇ? ਵੀਰੇ ਇੱਕ ਇੱਥੇ ਉਹਨਾਂ ਦਾ ਸਬੂਤ ਦੇ ਦੇ, ਆਹ ਸਬੂਤ ਦੇ ਸਾਹਮਣੇ ਆ, ਸਾਡਾ ਘਰ ਉਹਨੇ ਜਾੜ ਕੇ ਧਰਤਾ। ਪਹਿਲਾਂ ਉਹ ਬਲਦੇਵ ਨੇ ਛਿੰਦੀ ਮਾਰੇ, ਵੱਟ 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 ਕੇ ਪੈਲੀ ਨਾ ਕਰਾਈ ਉਹਨਾਂ ਨੂੰ, ਉਦੋਂ ਹੀ ਛੋਟੇ ਸੀ। ਛਿੰਦੀ ਸ਼ਾਹ ਜੀ ਨੇ ਆਹ ਮਾਡਲ ਟਾਊਨ ਤੋਂ ਲੈ ਕੇ ਸਾਰਾ ਸ਼ਹਿਰ ਬਣਵਾਇਆ ਸੀ, ਉਹ ਵੀ ਛਿੰਦੀ ਨੂੰ ਧੱਕੇ ਦੇ ਕੇ ਬਾਹਰੋਂ ਕੱਢਿਆ ਉਹਨੇ ਨਾਲ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜੋ ਮੈਨੂੰ ਜਾਣਕਾਰੀ, ਉਹਦੇ ਵਿੱਚ ਰਾਤੀ 10 ਕੁ ਵਜੇ ਉਹਨੇ ਤੂੜੀ ਤਾੜੀ ਨੂੰ ਅੱਗ ਲਗਾ ਦਿੱਤੀ ਸੀ, ਕੋਈ ਖੇਤ ਖੂਤ ਦਾ ਰੌਲਾ ਸੀ। SHO ਸਦਰ ਮੌਕੇ 'ਤੇ ਆਏ ਸੀ, ਤਾਂ ਉਸ ਤੋਂ ਬਾਅਦ ਉਸਨੇ ਫਾਇਰਿੰਗ ਸ਼ੁਰੂ ਕਰਤੀ ਸੀ। ਫਾਇਰਿੰਗ ਸ਼ੁਰੂ ਕਰਨ ਤੋਂ ਬਾਅਦ ਫਿਰ ਉਹ ਰੁਕ ਰੁਕ ਕੇ ਫਾਇਰਿੰਗ ਕਰਦਾ ਰਿਹਾ, ਅਤੇ ਸਵੇਰੇ ਤਕਰੀਬਨ 4:30 ਵਜੇ ਜਦੋਂ ਸਾਰੇ ਅਫਸਰ ਵੀ ਮੌਕੇ 'ਤੇ ਮੌਜੂਦ ਸੀ, ਤਾਂ ਹਨੇਰੇ ਦਾ ਫਾਇਦਾ ਚੱਕ ਕੇ ਮਿੱਟੀ ਧੂਲ ਕਾਫੀ ਉੜੀ ਆ, ਤਾਂ ਉਹ ਇੱਕੋ ਦਮ ਗੱਡੀ ਵਿੱਚ ਚਕਮਾ ਦੇ ਕੇ ਇੱਕ ਤਰ੍ਹਾਂ ਦਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪਰ ਪੁਲਿਸ ਦੀ ਮੁਸਤੈਦੀ ਕਾਰਨ ਇਹ ਪਤਾ ਲੱਗਿਆ ਵੀ ਹੁਣ ਉਸਨੂੰ ਸਿਵਲ ਹੋਸਪਿਟਲ 'ਚ ਉਹ ਇਸ ਟਾਈਮ ਦਾਖਲ ਹੈ, ਅਤੇ ਉਸਨੂੰ ਪਕੜ ਲਿਆ ਗਿਆ। ਮੈਮ ਕਿੰਨੇ ਕੁ ਇੰਜਰੀਜ਼ ਹੋਈਆਂ ਅਤੇ ਕਿੰਨੀ ਕੁ ਡੈਥ ਹੋਈ? ਇਹ ਇੱਕ ਲੜਕਾ ਸਾਡਾ ਸੀ CI ਸਟਾਫ ਦਾ, ਉਸਦੀ ਡੈਥ ਹੋ ਗਈ ਹੈ, ਅਤੇ 2 CI ਇੰਚਾਰਜ ਅਤੇ 1 ਸਾਡਾ ਹੈੱਡ ਕੌਂਸਟੇਬਲ ਜ਼ਖਮੀ ਹੋ ਚੁੱਕੇ ਨੇ। ਕਿਹਦੇ ਨਾਲ ਇਹਦਾ ਰੌਲਾ ਸੀਗਾ ਜਿਹੜਾ ਤੂੜੀ ਦਾ ਕਹਿ ਰਹੇ? ਇਹ ਤੂੜੀ ਦਾ ਮੌਕੇ 'ਤੇ ਨਾਲ ਦੀ ਖੇਤ ਲੱਗਦਾ, ਉਹਨੇ ਅੱਗ ਉੱਗ ਲਗਾਤੀ ਸੀ ਤੂੜੀ ਨੂੰ, ਸ਼ਾਇਦ ਤਾਂ ਇਸਦਾ ਰੌਲਾ ਪਿਆ। ਬਾਕੀ ਇਸਦੀ ਡਿਟੇਲ ਰਿਪੋਰਟ ਜਿਹੜੀ SHO ਸਦਰ ਡਿਟੇਲ 'ਚ ਹੋਰ ਦੱਸਦਾ। ਫਾਇਰ ਬਾਰੇ ਤਾਂ ਹਾਲੇ ਇਕੱਠਾ ਕਰ ਰਹੇ ਹਾਂ ਰਿਕਾਰਡ, ਹਾਲੇ ਟੋਟਲ ਆਈਡੀਆ ਲਗਾਉਣਾ ਤਾਂ ਮੁਸ਼ਕਿਲ ਹੈ ਵੀ ਕਿੰਨੇ ਫਾਇਰ ਹੋ ਸਕਦੇ ਨੇ, ਪਰ ਰੁਕ ਰੁਕ ਕੇ ਫਾਇਰਿੰਗ ਜ਼ਰੂਰ ਹੋਇਆ। ਮੈਮ ਜਿਹੜੇ 2 ਮੁਲਾਜ਼ਮ ਜ਼ਖਮੀ ਹੋਏ ਨੇ, ਉਹਨਾਂ ਦਾ ਕੋਈ ਰੈਂਕ ਪਤਾ? ਕਿਹੜੇ ਕਿਹੜੇ ਰੈਂਕ ਦੇ ਸੀ? ਇੱਕ ਤਾਂ CIA ਸਟਾਫ ਦੇ ਸੀਗੇ ਇੰਚਾਰਜ, ਅਤੇ ਇੱਕ ਹੈੱਡ ਕੌਂਸਟੇਬਲ ਸੀ। ਹਾਲਤ ਕਿੱਦਾਂ ਮੈਮ? ਹਾਲਤ ਕਿੱਦਾਂ ਉਹਨਾਂ ਦੀ? ਹਾਲਤ ਫਿਲਹਾਲ ਤਾਂ ਸਥਿਰ ਹੈਗੀ ਉਹਨਾਂ ਦੀ, ਠੀਕ ਹੈ। ਖੈਰ ਦੇਖਿਆ ਜਾਵੇ ਤਾਂ ਹੁਣ ਲੋਕਾਂ 'ਚ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ, ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਹੁਣ ਤਾਂ ਲੋਕਾਂ ਦੇ ਘਰ ਜਾ ਕੇ ਪੁਲਿਸ ਵੱਲੋਂ ਮਸਲੇ ਨਿਪਟਾਉਣ 'ਚ ਵੀ ਪੁਲਿਸ ਸੁਰੱਖਿਅਤ ਨਹੀਂ ਜਾਪਦੀ। ਮੋਗਾ ਤੋਂ ਬਿੱਟੂ ਪੁਰਵਾ ਦੀ ਰਿਪੋਰਟ, ਚੈਨਲ ਪੰਜਾਬ।